ਮੈਂ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਮੇਰੀ ਤਰਫੋਂ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਬਲਵੀਰ ਸਿੰਘ ਜੀ, ਡਿਸਟ੍ਰਿਕਟ ਪ੍ਰੈਜ਼ੀਡੈਂਟ, ਰੂਲਰ ਜੰਮੂ ਸਾਊਥ, DPAP ਪਾਰਟੀ, ਜਿਨ੍ਹਾਂ ਦੇ ਚੇਅਰਮੈਨ ਜਨਾਬੇ ਗੁਲਾਮ ਨਬੀ ਆਜ਼ਾਦ ਸਾਹਿਬ ਹਨ। ਮੈਂ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ, ਅੱਜ 15 ਅਗਸਤ 1947 ਨੂੰ ਹਿੰਦੁਸਤਾਨ ਆਜ਼ਾਦ ਹੋਇਆ ਸੀ, ਆਜ਼ਾਦੀ ਦੀ ਖੁਸ਼ੀ ਦੇ ਵਿੱਚ ਮੈਂ ਸਾਰੇ ਦੇਸ਼ ਵਾਸੀਆਂ ਨੂੰ, ਜੋ ਸਾਡੇ ਹਿੰਦੁਸਤਾਨ ਦੇ ਦੇਸ਼ ਵਾਸੀ ਦੇਸ਼ਾਂ ਦੇ ਵਿਦੇਸ਼ਾਂ 'ਤੇ ਸਭ ਜਗ੍ਹਾ ਜੋ ਬੈਠੇ ਹੋਏ ਹਨ, ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ। ਕਿਉਂਕਿ ਅੱਜ ਦੇ ਦਿਨ ਸਾਡੇ ਭਾਰਤ ਦੇ ਜਵਾਨਾਂ ਨੇ, ਹਿੰਦੁਸਤਾਨ ਦੇ ਜਵਾਨਾਂ ਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ 15 ਅਗਸਤ 1947 ਵਾਲੇ ਦਿਨ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ। ਮੈਂ ਇੱਥੇ ਇੱਕ ਦਾਅਵੇ ਨਾਲ ਜ਼ਰੂਰ ਗੱਲ ਕਹਿ ਸਕਦਾ ਹਾਂ ਕਿ ਇਸ ਆਜ਼ਾਦੀ ਦੇ ਵਾਸਤੇ ਸਾਰਿਆਂ ਨੇ ਕੁਰਬਾਨੀਆਂ ਦਿੱਤੀਆਂ, ਹਰ ਧਰਮ ਨੇ ਕੁਰਬਾਨੀ ਦਿੱਤੀ, ਲੇਕਿਨ ਸਭ ਤੋਂ ਜ਼ਿਆਦਾ ਜੋ ਕੁਰਬਾਨੀ ਸੀ ਉਹ ਸਾਡੇ ਸਿੱਖ ਕੌਮ ਦੀ ਸੀ। ਤੁਸੀਂ ਅੱਜ ਇਤਿਹਾਸ ਪੜ੍ਹ ਸਕਦੇ ਹੋ, ਜਿਹਦੇ ਵਿੱਚ ਸਰਦਾਰ ਭਗਤ ਸਿੰਘ ਜੀ, ਰਾਜਗੁਰੂ, ਸੁਖਦੇਵ, ਹੋਰ ਵੀ ਬੜੇ ਸਾਡੇ ਸਿੰਘ ਸਨ ਜਿਨ੍ਹਾਂ ਨੇ ਕਾਲਾ ਪਾਣੀ, ਜੇਲ੍ਹਾਂ ਕੱਟੀਆਂ ਔਰ ਇਸ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਕੁਰਬਾਨੀਆਂ ਦਿੱਤੀਆਂ। ਤੋ ਅੱਜ ਅਸੀਂ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਦਾ ਨਿੰਘ ਮਾਣ ਰਹੇ ਹਾਂ। ਤੋ ਸਾਡੀ ਇਹੀ ਅਪੀਲ ਹੈ ਸਰਕਾਰ ਅੱਗੇ ਕਿ ਅਗਰ ਦੇਸ਼ ਦੇ ਵਿੱਚ ਇਤਨੀ ਆਜ਼ਾਦੀ ਵਾਸਤੇ ਕੁਰਬਾਨੀਆਂ ਹੋਈਆਂ, ਅੱਜ ਸਾਨੂੰ ਦੇਸ਼ ਦੇ ਵਿੱਚ ਇੱਕ ਅੱਛੀ ਸੋਚ ਲਿਆਉਣੀ ਪਏਗੀ ਤਾਂ ਇਹ ਦੇਸ਼ ਚੱਲੇਗਾ। ਇਸ ਦੇਸ਼ ਵਾਸਤੇ ਜਿਤਨੇ ਵੀ ਸਾਡੀਆਂ ਕਮਿਊਨਿਟੀਆਂ ਇੱਥੇ ਰਹਿੰਦੀਆਂ ਨੇ, ਸਿੱਖ, ਹਿੰਦੂ, ਮੁਸਲਮਾਨ, ਈਸਾਈ, ਸਟੂਲ ਕਾਸਟ, ਜੋ ਵੀ ਹੋਰ ਵੀ ਕਮਿਊਨਿਟੀਆਂ ਹਨ, ਸਾਰੇ ਅਸੀਂ ਇੱਕ ਗੁਲਦਸਤੇ ਤਰ੍ਹਾਂ ਇਸ ਦੇਸ਼ ਦੇ ਵਾਸੀ ਹਾਂ। ਇਸ ਦੇਸ਼ ਦੀ ਆਜ਼ਾਦੀ ਵਾਸਤੇ ਇਤਨੀਆਂ ਕੁਰਬਾਨੀਆਂ ਦੇ ਕੇ ਅੱਜ ਅਸੀਂ ਦੇਸ਼ ਨੂੰ ਅੱਗੇ ਤਰੱਕੀ ਕਰਨ ਵਾਸਤੇ, ਜੇ ਕੁਛ ਐਸੀਆਂ ਤਾਕਤਾਂ ਨੇ ਜੋ ਸਾਨੂੰ ਧਰਮ ਦੀ ਲੜਾਈ ਦੇ ਵਿੱਚ ਲੜਾਈ ਕਰਾਉਂਦੀਆਂ ਨੇ, ਜਦਕਿ ਹਰ ਧਰਮ ਆਪਣੀ ਜਗ੍ਹਾ ਆਪਣੇ ਘਰ ਹੈ, ਲੇਕਿਨ ਦੇਸ਼ ਵਾਸਤੇ ਹਰ ਮਜ਼ਹਬ ਦਾ ਆਦਮੀ ਤਨ ਮਨ ਤਨ ਲਾ ਕੇ ਦੇਸ਼ ਦੇ ਲਈ ਕੁਰਬਾਨੀ ਦੇਣ ਨੂੰ ਤਿਆਰ ਹੈ। ਔਰ ਮੇਰੀ ਪ੍ਰਧਾਨ ਮੰਤਰੀ ਸਾਹਿਬ ਅੱਗੇ ਅਪੀਲ ਹੈ ਕਿ ਜੋ ਸਾਡਾ ਰਿਆਸਤ ਜੰਮੂ ਕਸ਼ਮੀਰ ਹੈ, ਇਸ ਨੂੰ ਵੀ ਇੱਕ ਹਿੰਦੁਸਤਾਨ ਦਾ ਹਿੱਸਾ ਮੰਨਿਆ ਜਾਵੇ, ਕਿਉਂਕਿ ਜੋ ਫੈਸਿਲਿਟੀਆਂ ਬਾਕੀ ਸਟੇਟਾਂ ਵਿੱਚ ਹਨ ਉਹ ਸਾਡੇ ਇਸ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਹਨ। ਅੱਜ 15 ਅਗਸਤ ਦੇ ਦਿਨ ਹਿੰਦੁਸਤਾਨ ਦਾ ਹਰ ਆਦਮੀ ਆਜ਼ਾਦੀ ਦਾ ਨਿੰਘ ਮਾਰ ਰਹੇ ਹੈ, ਲੇਕਿਨ ਰਿਆਸਤ ਜੰਮੂ ਕਸ਼ਮੀਰ ਦੇ ਲੋਕ ਕੁਛ ਨਾਰਾਜ਼ ਹਨ, ਔਰ ਉਹ ਗੱਲ ਕਹਿ ਰਹੇ ਹਨ ਕਿ ਸਾਡੀ ਸਟੇਟ ਦੇ ਵਿੱਚ, ਅਗਰ ਬਾਕੀ ਸਟੇਟਾਂ ਦੇ ਵਿੱਚ ਤੁਸੀਂ ਲੋਕਤੰਤਰ ਦਾ ਰਾਜ ਹੈ, ਡੈਮੋਕ੍ਰੇਸੀ ਹੈ, ਤਾਂ ਸਾਡੇ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਕਿਉਂਕਿ ਅੱਜ ਜੋ ਸਾਡਾ ਰਿਆਸਤ ਜੰਮੂ ਕਸ਼ਮੀਰ 2014 ਤੋਂ ਲੈ ਕੇ 2024 ਤੱਕ ਇਤਨੇ ਘੱਲੂਘਾਰੇ ਵਿੱਚ ਫਸਿਆ ਹੋਇਆ ਹੈ, ਜੋ ਕਿ ਅੱਜ ਤੋਂ 70 ਸਾਲ ਪਹਿਲੇ ਨਹੀਂ ਸੀ।
ਕਿਉਂਕਿ ਅੱਜ ਉਗਰਵਾਦ ਫੈਲ ਚੁੱਕਿਆ ਹੈ, ਉਗਰਵਾਦ ਇਤਨਾ ਹੈਵੀ ਹੋ ਚੁੱਕਿਆ ਹੈ ਕਿ ਸਿਵਲੀਅਨ ਦੇ ਉੱਪਰ ਵੀ ਗੋਲੀਆਂ ਚਲਾਈਆਂ ਜਾਂਦੀਆਂ ਹਨ। ਉਹ ਸਾਡੇ ਦੇਸ਼ ਦੇ ਵਾਸੀ ਹਨ, ਨਿਹੱਥੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ, ਸਾਡੇ ਦੇਸ਼ ਦੇ ਫੌਜੀਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਅਸੀਂ ਇਹ ਅਪੀਲ ਕਰਦੇ ਹਾਂ ਕਿ ਇਸ ਚੀਜ਼ ਦੇ ਵੀ ਨੱਥ ਪਾਈ ਜਾਵੇ ਔਰ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਅਸੈਂਬਲੀ ਦੇ ਚੋਣ ਜਲਦੀ ਤੋਂ ਜਲਦੀ ਕਰਾ ਕੇ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਇੱਕ ਆਮ ਇੱਕ ਅਸੈਂਬਲੀ ਜੋ ਹੈ, ਜੋ ਲੋਕ ਸਭਾ ਦਾ ਜੋ ਸਾਡੀ ਪਾਰਲੀਮੈਂਟ ਬਣੇਗੀ, ਜੋ ਸਾਡਾ ਚੀਫ ਮਿਨਿਸਟਰ ਬਣੇਗਾ, ਜੋ ਸਾਡੇ MLA ਚੁਣੇ ਜਾਣਗੇ, ਔਰ ਤਾਂ ਹੀ ਸਾਡੇ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਡਿਵੈਲਪਮੈਂਟ ਹੋ ਸਕੇਗੀ। ਔਰ ਸਾਡੀ ਸਟੇਟ ਦੇ ਵਿੱਚ ਅੱਜ ਬਹੁਤ ਪ੍ਰੋਬਲਮਾਂ ਹੈ, ਜਿਸ ਤਰ੍ਹਾਂ ਕਿ ਸਾਡੇ ਡਿਵੈਲਪਮੈਂਟ ਨਹੀਂ ਹੋ ਰਹੇ, ਸਾਡੇ ਬੱਚੇ ਅੱਜ ਨੌਕਰੀਆਂ ਨਹੀਂ ਲੱਗ ਰਹੀਆਂ, ਔਰ ਸਾਡੀਆਂ ਜੋ ਅੱਜ ਰੋਡਾਂ ਦੀ ਹਾਲਤ ਦੇਖੋ, ਅੱਜ ਸਮਾਰਟ ਸਿਟੀ ਦਾ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਾਂਗਾ ਕਿ ਇਹ ਜੋ ਨਹਿਰੇ ਹਨ, ਜੋ ਨਹਿਰੇ ਜੋ ਸਾਡੀ ਅੱਜ ਦੀ ਮੌਜੂਦਾ ਸਰਕਾਰ ਲਾ ਰਹੀ ਹੈ, ਇਹ ਖੋਖਲੇ ਨਹਿਰਿਆਂ ਤੋਂ ਬਚਿਆ ਜਾਵੇ ਔਰ ਪ੍ਰੈਕਟੀਕਲ ਜੋ ਹੈ ਸਾਡੀ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਕੰਮ ਕੀਤਾ ਜਾਵੇ। ਅੱਜ ਮਹਿੰਗਾਈ ਕਿੱਥੇ ਚਲਾ ਗਈ, ਅੱਜ ਤੁਸੀਂ ਦੇਖੋ ਬੇਰੁਜ਼ਗਾਰੀ ਕਿੱਥੇ ਚਲਾ ਗਈ, ਅੱਜ ਤੁਸੀਂ ਦੇਖੋ ਕਿ ਸਾਡੇ ਰਿਆਸਤ ਜੰਮੂ ਅਤੇ ਕਸ਼ਮੀਰ ਵਿੱਚ ਅੱਜ ਦੁਸ਼ਮਣ ਦੇਸ਼ ਨੇ ਇਤਨਾ ਨਸ਼ਾ ਪੈਦਾ ਕਰ ਚੁੱਕਿਆ ਹੈ ਕਿ ਅੱਜ ਹਰ ਘਰ ਦੇ ਵਿੱਚ ਨਸ਼ਾ ਵੱਧ ਚੁੱਕਿਆ ਹੈ। ਉਸ ਪੇਰੈਂਟਸ ਨੂੰ ਪੁੱਛੋ, ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਜਵਾਨ ਬੱਚੇ ਨਸ਼ੇ ਲੱਗ ਕੇ ਅੱਜ ਸਾਡੇ ਜਵਾਨ ਬੱਚੇ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ। ਮੈਂ ਕਹਿੰਦਾ ਕਿ ਅੱਗੇ ਆਉਣ ਵਾਲੇ ਵਕਤ ਦੇ ਵਿੱਚ ਜਦੋਂ ਸਾਡੀ ਭਰਤੀ ਆਰਮੀ ਪੁਲਿਸ ਦੇ ਵਿੱਚ ਬੈਲਟ ਫੋਰਸ ਵਿੱਚ ਹੋਏਗੀ, ਕਿਆ ਸਾਡੇ ਇਹੋ ਜਿਹੇ ਜਵਾਨ ਭਰਤੀ ਹੋਣਗੇ ਜਿਨ੍ਹਾਂ ਨੂੰ ਨਸ਼ੇ ਲੱਗ ਗਏ ਹਨ, ਉਹਨਾਂ ਨਸ਼ਿਆਂ ਨੂੰ ਨੱਥ ਪਾਈ ਜਾਵੇ? ਇਸ ਵਾਸਤੇ ਸਾਡੀ ਸਰਕਾਰ ਅੱਗੇ ਅਪੀਲ ਹੈ ਅਤੇ ਇਹ ਸਾਡੇ ਸਟੇਟ ਦੇ ਵਿੱਚ ਲੋਕਤੰਤਰ ਦਾ ਰਾਜ ਲਿਆ ਕੇ ਅਤੇ ਸਾਡੇ ਖੁਸ਼ਹਾਲੀ ਦੇ ਦਿਨ ਆਵਣ। ਤੋ ਮੈਂ ਇੱਕ ਵਾਰ ਪੂਰੇ ਦੇਸ਼ ਵਾਸੀਆਂ ਨੂੰ, ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀ ਕੀਤੀ, ਉਹਨਾਂ ਨੂੰ ਮੈਂ ਸਲੂਟ ਮਾਰਦਾ ਹਾਂ, ਉਹਨਾਂ ਦਾ ਮੈਂ ਦਿਲੋਂ ਸ਼ਰਧਾ ਦੇ ਪੁੱਲ ਭੇਟ ਕਰਦਾ ਹਾਂ ਅਤੇ ਸਾਰਿਆਂ ਨੂੰ ਖੁਸ਼ੀ ਦਿੰਦਾ ਹਾਂ। ਜੈ ਹਿੰਦ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।